अस्सलामुअलैकुम, मैं आपका दोस्त मोहम्मद रियाज बंदियालवी, मेरा बंदियाल यूट्यूब चैनल देख रहे हो जी। दोस्तों, अज पिंड जो लोग गोले खाते ना बच्चे छोटे जी, तुम वो भी खाने जी बनते पे। एक छोटे छोटे बच्चे बड़े शौक न खा रहे हैं जी। फिलहाल तो ठंडे बच्चों की पसंद है जी गोले, गर्मियों के खास तोहफे हैं जी। आखो जी, बर्फ के नाल गोला बरीक तैयार किया जा रही है गोला जी। एवं शरबत पा के मीठा करके बच्चों को खवा रहे हैं जी। छोटे छोटे बच्चे बड़े शौक में खा रहे हैं जी, बड़े खुश होंगे ना। वेखो आ छोटी जी बच्ची, एक आई खलोती है, आ भी आई खलोती है, रुस्सा खलोता है, तेन नहीं लै देते गोला। वो गोला खा रही है बच्चे। आपका छोटे छोटे बच्चे है, इन्हें भी खा लिया गोला। नहीं ऐसे कोई नहीं खाता, मुंह तू कदा खवाया तो खा लो यार गोला, तुम भी खा लो। आजले बाला ने भी गोला दिया यार। चाचा की हाल है? बस शुक्र है जी। या मिठा किवें बना दो ना, की इंदे पा दो ना? चीनी चीनी ते और सौंफ सौंफ इलायची। रंग किवें चेंज कर दो ना? रंग आपो आप नहीं, इंदे चीनी पाना फिर रंग किवें हो जांदा? की इंदे पाना है की पाने? हां की भाई, यानी कि रंग चेंज करने वास्ते की फायदा है? ਰੰਗ ਸਾਵਾ ਪਾ ਲਓ, ਮਾਟਾ ਪਾ ਲਓ, ਜਿਹੜੇ ਮਰਜ਼ੀ ਪਾ ਲਓ। ਅੱਛਾ, ਇਹ ਮੈਂ ਪੁੱਛਦਾ ਪਿਆ ਤੇਰੇ ਕੋਲ ਵੀ ਰੰਗ ਚੇਂਜ ਕਰਨ ਵਾਸਤੇ ਹੈ? ਅੱਛਾ, ਨਹੀਂ ਤੇ ਪਾ ਲਿਓ ਉਸ ਰੰਗ। ਹਾਂ, ਕਿੰਨੇ ਦਾ ਗੋਲਾ ਦੇ ਰਹੀਆਂ? ਕਿਹੜਾ ਹੈਗਾ ਇਹ? 20 ਰੁਪਏ ਦਾ। 20 ਰੁਪਏ ਦਾ, ਯਾਨੀ ਕਿ ਸਸਤਾ ਕੰਮ ਹੈਗਾ ਯਾਰ। ਬਸ ਬੱਚਿਆਂ ਨੂੰ ਚੋਕਾ ਚੋਕਾ ਗੋਲਾ ਦਿੱਤਾ ਕਰ, ਬੱਚੇ ਬੜਾ ਖੁਸ਼ ਹੋਣਗੇ ਤੇ ਜਵਾਈ ਦੇ ਸਣ। ਜੀਆਂ ਦਾ ਤੀਆਂ ਦਾ ਜਿੰਨੇ ਦਾ ਕੋਈ ਲਵੇ। ਅੱਛਾ, ਕਰੀਬਰ ਕਿੰਨੇ ਇੱਕ ਦਿਹਾੜੀ ਬਣ ਜਾਂਦੀ ਹੈ? ਸਹੀ ਕੰਮ ਚੱਲ ਜਾਵੇ ਤਾਂ ਕੋਈ 5-700 ਬਣ ਜਾਂਦਾ ਹੈ? ਹਾਂਜੀ, ਹੋ ਹੀ ਜਾਂਦਾ। ਚਲੋ, ਖਰਚਾ ਘੱਟ ਤੇ ਕਿੰਨੇ ਹਜ਼ਾਰ ਵੱਧ ਜਾਂਦਾ ਕਿ ਨਹੀਂ? ਨਹੀਂ, ਥੋੜਾ 500-600। ਹਾਂਜੀ, ਇੰਨਾ ਕੋਈ ਖਰਚਾ ਘੱਟ ਤੇ 500-600 ਆਰਾਮ ਨਾਲ ਵੱਧ ਜਾਂਦਾ ਹੈ। ਹਲ ਗਰਮੀ ਥੋੜੀ ਹੈ, ਗਰਮੀ ਚੋਖੀ ਆ ਗਈ ਨਾ ਤੇ। ਅੱਛਾ, ਇਹ ਕੀ ਪਾ ਰਹੇ ਹੋ ਵੀਰ ਜੀ? ਅੱਛਾ, ਇਹ ਕੋਈ ਖਾਸ ਚੀਜ਼ ਪਾ ਰਹੇ ਹੋ ਤੁਸੀਂ ਜੀ? ਮੈਂਗੋ ਲੂਣ ਕੋ ਨਹੀਂ ਰੰਗ ਇਹਦੇ ਵਿੱਚ ਸਾਟ। ਇਹ ਵੀ ਵਿੱਚ ਬੱਚਿਆਂ ਨੂੰ ਪਾ ਕੇ ਦਿੰਦੇ ਜੇ? ਅੱਛਾ, ਮੈਂਗੋ ਮੈਂਗੋ ਹੈਗਾ ਜੀ। ਇਹ ਆਮ ਗੋਲੇ ਵਾਲੇ ਤਾਂ ਨਹੀਂ ਪਾਉਂਦੇ ਵੇ? ਤੂੰ ਵੀ ਪਾ ਰਹੀ ਆ? ਨਹੀਂ ਜੀ, ਪਾਉਂਦੇ ਨਹੀਂ। ਅੱਛਾ, ਇਹ ਬੱਚਾ ਲੈ ਰਿਹਾ ਗੋਲਾ ਜੀ? ਅੱਛਾ, ਮੰਗੋ ਹੁੰਦੀ ਨਾਲ ਜਾਮੀ ਸ਼ੀਰ ਹੁੰਦੀ ਉਹ ਵੀ। ਨਹੀਂ, ਮੈਂਗੋ ਦੀ ਤਾਂ ਬਣਾ ਲਓ। ਮੈਂਗੋ ਰੰਗ ਬਰੰਗਾ ਗੋਲਾ ਬਣ ਰਿਹਾ ਜੀ, ਖਾਣ ਵਾਸਤੇ ਬੜਾ ਮਜ਼ਾ ਦਿੰਦਾ ਜੀ। ਮੈਂਗੋ ਯੂਨ ਮੈਂਗੋ ਪੈ ਰਹੀ ਹੈ, ਮੈਂਗੋ ਪੈ ਰਹੀ ਹੈ ਜੀ। ਨਮਕ ਕੋਈ ਨਹੀਂ ਹੈਗਾ? ਚਲੋ, ਨਿਮਕ ਕਰੋ ਜਦ ਪਾ ਲਈ ਸਰ। ਕਾਲਾ ਨਮਕ ਹੁੰਦਾ ਜੀ? ਹਾਂ, ਲੈ ਲਿਆ ਗੋਲਾ। ਕਿਉਂ ਜਾਂ ਗਰੂ ਚਾਹ ਲਓ ਜੁੱਤੀਆਂ ਛੁੱਤੀਆਂ ਜਾਂ ਪੈਸੇ ਲੈ ਆਵਾਦੇ ਮਾਂ ਪਿਓ ਕੋਲੋਂ? ਜੁੱਤੀਆਂ ਇੱਥੇ ਚਾਹ ਲੈਣਾ ਸਹਿ ਪਈਆਂ ਨੇ। ਹਾਂ, ਇੱਥੇ ਚਾਹ ਤੇ ਦੇਵਣ ਚਾਹ ਸਹਿ ਪਈਆਂ ਨੇ। ਮੈਂ ਕਹ ਉੱਤੇ ਨੇ ਇਹਨਾਂ ਨੂੰ ਆਹ ਕੋਈ ਬੱਚੀ ਗੋਲਾ ਖਾ ਰਹੀ ਹੈ ਜੀ, ਬੜੀ ਖੁਸ਼ ਹੋ ਰਹੀ ਹੈ ਜੀ। ਹੈਂ, ਹਾਂ ਬਾਈ, ਕੀ ਹਾਲ ਚਾਲ ਹੈ? ਠੀਕ ਹੈ? ਅੱਜ ਤੱਕ ਦੋੜੇ ਦਿਓ ਯਾਰ। ਕਿੰਨੇ ਬੱਚੀ ਖਾ ਰਹੀ ਗੋਲਾ, ਬੜੀ ਖੁਸ਼ ਹੋ ਰਹੀ ਹੈ। ਅੱਜ ਕਈ ਕਈ ਸ਼ਹਿਰ ਨਹੀਂ ਲਿਆਉਂਦੀ ਹੈ? ਬਿਲੰਗੂ ਨਹੀਂ ਲਿਆਉਂਦੇ? ਨਹੀਂ, ਬਿਲੰਗੂ ਸੇਵਣੀਆਂ ਸੁਬਾਹ ਲੈ ਆਵੀਂ ਫਿਰ। ਹੈਂ, ਸੁਬਾਹ ਫਿਰ ਆਪਾਂ ਵੀਡੀਓ ਬਣਾ ਲਈ ਸਾਂ। ਠੀਕ ਹੈ, ਲਓ ਜੀ ਆ ਦੋਸਤ, ਹੁੱਕਾ ਵੀ ਛਿੱਕਦੇ ਪੈਣ ਤੇ ਨਾਲ ਗੋਲੇ ਵੀ ਖਾਂਦੇ ਪੈਣ। ਹੁੱਕਾ ਤੇ ਗੋਲਾ ਰਲ ਤੇ ਬੜੀ ਝਾਸ ਆਉਂਦੀ ਪਈ ਆ। ਨਾਲ ਆ ਵੇਖੋ, ਸਬਜ਼ੀ ਵੀ ਤਿਆਰ ਕਰਦੇ ਪੈ। ਸ਼ਾਮ ਵੇਲਾ ਗੋਲਾ ਖਾਈਏ ਤੇ ਬੜੀ ਝਾਸ ਦਿੰਦਾ ਵੈਸੇ, ਗਰਮੀਆਂ 'ਚ ਖਾਸ ਤੌਰ 'ਤੇ। ਆ ਛੜੇ ਵੇਖੋ ਜੀ, ਸਾਲਣ ਪਕਾ ਰਹੇ ਨੇ, ਕੰਮ ਵੀ ਕਰਦੇ ਨਾਲੇ, ਆਪ ਰੋਟੀਆਂ ਪਕਾਉਂਦੇ ਨੇ, ਆਪ ਹੀ ਸਾਲਣ ਪਕਾਉਂਦੇ ਨੇ, ਸਾਰਾ ਕੁਝ ਆਪ ਕਰਦੇ ਨੇ। ਜ਼ਬਰਦਸਤ ਜ਼ਬਰਦਸਤ ਗੋਲੇ ਬਣਾ ਰਹੀ ਹੈ ਜੀ ਚਾਚਾ, ਜਿੰਨੇ ਜਿੰਨਾ ਖਾਣੇ ਨੇ ਜਲਦੀ ਜਲਦੀ ਆ ਜਾਓ ਜੀ। ਜਾਂ ਗਰੂ ਚਾਹ ਲੈ ਪੈਸੇ ਤੇ ਲੈ ਲੈ ਗੋਲੇ ਮੁੜ। ਹੈਂ, ਜਾਂ ਲੈ ਪੈਸੇ।
क्यों क्यों नहीं है ना घर पैसे लाया कौन ही पैसे हैं ना घर मरा प्याल जूतियां चाह रहे हो तो उम्मीद करता हूँ दोस्तों आपको हमारा आज का जो व्लॉग पसंद आया होगा तो इंशाल्लाह मैं आपसे इजाज़त चाहता हूँ जी और इंशाल्लाह आपसे मुलाकात होगी जी अगली वीडियो में। खुदा हाफिज़। पाकिस्तान जिंदाबाद। खाओ खाओ छोटे तो बड़े बच्चों की पसंद है जी गोला पैसे भी दे भाई मैंने खा दिया जी पिंड वाले बाबियां दी सौगात हुक्का रोटी तो बगैर गुजारा हो सकता है पर हुक्का बगैर नहीं हो सकता। हाँ जी बाबा जी हाँ जी हाँ जी तुसी इको ना सिको तो तेरे रोटी नहीं चंगी लगनी नहीं चंगी नहीं हुक्के नाल तो रोटी तो दिल करता खावण नु एवें तो रोटी दे देने टुकदी पे बंदा रोटी खा ले। तो अब मैं आपसे इजाजत चाहता हूँ जी पाकिस्तान जिंदाबाद।